ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਰੈਂਡਸ ਭਿੰਡੀ ਦੀ ਸਬਜੀ ਤਾਂ ਤੁਸੀਂ ਬਹੁਤ ਖਾਧੀ ਹੋਏਗੀ ਭਿੰਡੀ ਹੈ ਜਿਹੜੀ ਕਈ ਤਰ੍ਹਾਂ ਨਾਲ ਬਣਾਈ ਜਾਂਦੀ ਹੈ ਪਰ ਅੱਜ ਆਪਾਂ ਬਣਾਉਣ ਵਾਲਿਆਂ ਦਹੀਂ ਵਾਲੀ ਭਿੰਡੀ ਅਹ ਦਹੀਂ ਵਾਲੀ ਜਿਹੜੀ ਭਿੰਡੀ ਹੈ ਨਾ ਖਾਂ ਚ ਤਾਂ ਟੇਸਟੀ ਬਣਦੀ ਹੈ ਬਣਾਉਣਾ ਵੀ ਇਹਨੂੰ ਬਹੁਤ ਹੀ ਸੌਖਾ ਹੈ ਤਾਂ ਚਲੋ ਫਿਰ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਅਹ ਦਹੀਂ ਵਾਲੀ ਭਿੰਡੀ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ 1/2 ਕਿਲੋ ਜਿਹੜੀ ਭਿੰਡੀਆਂ ਲਈਆਂ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਨਾ ਸਾਫ਼ ਕਰ ਲਿਆ ਤੇ ਇਹ ਆਪਾਂ ਲਈਆਂ ਚਾਰ ਤੋਂ ਪੰਜ ਪਿਆਜ਼ ਥੋੜੇ ਵੱਡੇ ਸਾਈਜ਼ ਦੇ ਪਿਆਜ਼ ਇਹਨਾਂ ਨੂੰ ਮੋਟਾ-ਮੋਟਾ ਆਪਾਂ ਕੱਟ ਲੈਣਾ ਰਫਲੀ ਚੌਪ ਕਰ ਲੈਣਾ ਆ ਮਸਾਲਿਆਂ ਵਿੱਚ ਆਪਾਂ ਇੱਕ ਚਮਚੇ ਦੇ ਵਿੱਚ ਪਾਵਾਂਗੇ ਪੀਸੀ ਹੋਈ ਲਾਲ ਮਿਰਚ ਅੱਧਾ ਚਮਚ ਹਲਦੀ ਨਮਕ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਧਨੀਆ ਪਾਊਡਰ ਛੋਟੇ ਵਾਲਾ ਚਮਚ ਹੈ ਜਿਹੜਾ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਜਿਹੜਾ ਅੱਧਾ ਚਮਚ ਦੇ ਕਰੀਬ ਪਾਵਾਂਗੇ ਜੀਰਾ ਤੇ ਨਾਲ ਹੀ ਆਪਾਂ ਨੂੰ ਇਹ ਜਿਹੜਾ ਪੰਜ ਤੋਂ 6 ਚਮਚ ਚਾਹੀਦੇ ਦਹੀਂ ਆ ਜਿੰਨੀ ਕੁਆਂਟੀਟੀ ਤੁਸੀਂ ਪਿੰਡੀਆਂ ਬਣਾ ਰਹੇ ਹੋ ਨਾ ਉਹਦੇ ਅਕੋਰਡਿੰਗ ਜਿਹੜਾ ਮਸਾਲਾ ਥੋੜਾ ਘੱਟ ਵੱਧ ਹੋ ਸਕਦਾ ਤਾਂ ਸਭ ਤੋਂ ਪਹਿਲਾਂ ਆਪਾਂ ਪਿੰਡੀਆਂ ਨੂੰ ਦੋਨਾਂ ਪਾਸਿਆਂ ਤੋਂ ਦੇਖੋ ਇਸ ਤਰ੍ਹਾਂ ਕੱਟ ਲੈਣਾ ਇਹਦੀ ਡੰਡੀ ਕੱਟ ਦੇਣੀ ਹੈ ਤੇ ਇਸ ਤਰ੍ਹਾਂ ਦੇ ਵਿੱਚ ਇੱਕ ਕੱਟ ਲਗਾ ਲੈਣਾ ਤੁਸੀਂ ਨਾ ਪਹਿਲਾਂ ਪਿੰਡੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਪਾਣੀ ਉਹਦਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਉੱਪਰ ਤੋਂ ਔਰ ਇਹ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਜਿਹੜੇ ਕੱਟ ਲਗਾ ਦਾਂਗੇ ਸਾਰੀਆਂ ਪਿੰਡੀਆਂ ਨੇ ਜਿਹੜੀਆਂ ਆਪਾਂ ਉਹਨਾਂ ਨੂੰ ਐਵੇਂ ਵਿੱਚੋਂ ਕੱਟ ਲੈਣਾ ਇਸ ਤੋਂ ਬਾਅਦ ਆਪਾਂ ਇਹ ਜਿਹੜਾ ਇਹਨਾਂ ਦਾ ਮਸਾਲਾ ਤਿਆਰ ਕਰਾਂਗੇ ਤਾਂ ਜਿਹੜੇ ਵੀ ਆਪਾਂ ਸੁੱਕੇ ਮਸਾਲੇ ਲਈ ਸੀ ਨਾ ਪੀਸੀ ਹੋਈ ਲਾਲ ਮਿਰਚ ਸੀ ਹਲਦੀ ਹੈ ਨਮਕ ਹੈ ਤੇ ਧਨੀਆ ਪਾਊਡਰ ਹੈ ਇਹਨੂੰ ਆਪਾਂ ਕਿਸੇ ਵੀ ਕੋਲੀ ਵਿੱਚ ਜਿਹੜਾ ਇਹ ਖੁੱਲੇ ਬਰਤਨ 'ਚ ਪਾ ਲਾਂਗੇ ਤੇ ਭਿੰਡੀਆਂ ਵਿੱਚ ਭਰਨ ਵਾਸਤੇ ਆਪਾਂ ਜਿਹੜਾ ਇਹ ਮਸਾਲਾ ਤਿਆਰ ਕਰਾਂਗੇ ਤਾਂ ਇਹ ਜਿੰਨੇ ਵੀ ਮਸਾਲੇ ਇਹਨਾਂ ਨੂੰ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਜਿਹੜਾ ਮਿਲਾ ਦੇਣਾ ਤੇ ਜਿਹੜਾ ਆਪਾਂ ਇਹਦੇ ਵਿੱਚ ਨਮਕ ਪਾਇਆ ਉਹ ਜਿਵੇਂ ਵੀ ਤੁਸੀਂ ਖਾਂਦੇ ਹੋ ਘੱਟਿਆ ਵਾ ਦੋਵੇਂ ਹੀ ਥੋੜਾ ਘੱਟ ਵੱਧ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਪਹਿਲਾਂ 2 ਤੋਂ 3 ਚਮਚ ਪਾਵਾਂਗੇ ਦਹੀਂ ਦੇ ਆ 2 ਚਮਚ ਮੈਂ ਇਹਦੇ ਵਿੱਚ ਦਹੀਂ ਪਾਇਆ ਤੈਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ ਜੇ ਆਪਾਂ ਨੂੰ ਲੱਗਿਆ ਮਸਾਲਾ ਸੁੱਕਾ ਫਿਰ ਆਪਾਂ 1 ਤੋਂ 2 ਚਮਚ ਇਹਦੇ ਵਿੱਚ ਹੋਰ ਪਾ ਦਾਂਗੇ ਆ ਮਸਾਲੇ ਨੂੰ ਨਾ ਚੰਗੀ ਤਰ੍ਹਾਂ ਬਸ ਮਿਕਸ ਕਰਨ ਵਾਸਤੇ ਜਿੰਨਾ ਦੇਹੀ ਚਾਹੀਦਾ ਤੇ ਸੁੱਕਾ 1 ਚਮਚ ਮੈਂ ਇਹਦੇ ਵਿੱਚ ਜਿਹੜਾ ਹੋਰ ਪਾ ਦਿੱਤਾ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤਾਂ ਇਸ ਤੋਂ ਬਾਅਦ ਆਪਾਂ ਜਿਹੜਾ ਮਸਾਲਾ ਇਹਨੂੰ ਦਹੀਂ ਵਾਲੇ ਮਸਾਲ ਇਸ ਤਰ੍ਹਾਂ ਤੁਸੀਂ ਇਹ ਜਿਹੜਾ ਚਮਚ ਦੀ ਹੈਲਪ ਨਾਲ ਇਹਦੇ ਵਿੱਚ ਭਰ ਸਕਦੇ ਹੋ ਚੰਗੀ ਤਰ੍ਹਾਂ ਮਸਾਲੇ ਨੂੰ ਤੇ ਇਹਨੂੰ ਆਪਾਂ ਐਵੇਂ ਸੈੱਟ ਕਰ ਦੇਣਾ ਪੂਰੀ ਜਿਹੜੀ ਪਿੰਡੀਆਂ ਨੇ ਉਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹ ਦਹੀਂ ਵਾਲਾ ਮਸਾਲਾ ਜਿਹੜਾ ਭਰ ਦੇਣਾ ਤੇ ਇਸੇ ਤਰ੍ਹਾਂ ਜਿੰਨੀਆਂ ਸਾ ਬਾਕੀ ਸਾਰੀਆਂ ਪਿੰਡੀਆਂ ਨੇ ਉਹਨਾਂ ਵਿੱਚ ਵੀ ਆਪਾਂ ਜਿਹੜਾ ਇਹ ਦੇਖੋ ਮਸਾਲਾ ਭਰ ਦਿੱਤਾ ਖਾਣ ਵਿੱਚ ਬਹੁਤ ਟੇਸਟੀ ਬਣਦੀ ਹੈ ਜਿਹੜੀ ਇਹ ਦਹੀਂ ਵਾਲੀ ਪਿੰਡੀ ਹੈ ਤਾਂ ਹੁਣ ਆਪਾਂ ਜਿਹੜਾ ਇਸ ਤੋਂ ਬਾਅਦ ਕੜਾਈ ਗੈਸ ਤੇ ਰੱਖਤੀ ਹੈ ਤੇ ਇਹਦੇ ਵਿੱਚ ਦੋ ਵੱਡੇ ਚਮਚ ਤੇਲ ਦੇ ਪਾ ਦਿੱਤੇ। ਤੁਸੀਂ ਜਿੰਨਾ ਕੁ ਤੇਲ ਤੁਹਾਨੂੰ ਲੱਗਦਾ ਨਾ ਪਿੰਡੀਆਂ ਫਰਾਈ ਕਰਨ ਲਈ ਚਾਹੀਦਾ। ਬਸ ਉਹ ਚੰਗੀ ਤਰ੍ਹਾਂ ਉਹਦੇ ਵਿੱਚ ਫਰਾਈ ਹੋ ਜਾਣ ਤਾਂ ਆਪਾਂ ਇਹ ਤੇਲ ਵਿੱਚ ਜਿਹੜਾ ਇਹਨਾਂ ਨੂੰ 4 ਤੋਂ 5 ਮਿੰਟ ਵਾਸਤੇ همین ਫਰਾਈ ਕਰ ਲਾਂਗੇ। ਆ ਦੇਖੋ 4 ਤੋਂ 5 ਮਿੰਟ ਦੇ ਕਰੀਬ ਹੀ ਹੋਏ ਆ ਪਿੰਡੀਆਂ ਚੰਗੀ ਤਰ੍ਹਾਂ ਉਹਦੇ ਵਿੱਚ ਫਰਾਈ ਹੋ ਚੁੱਕੀਆਂ ਨੇ, ਪੱਕ ਚੁੱਕੀਆਂ ਨੇ ਥੋੜੀ ਇਹ। ਤਾਂ ਹੁਣ ਆਪਾਂ ਇਹਨੂੰ ਇੱਕ ਅਲੱਗ ਪਲੇਟ ਵਿੱਚ ਜਿਹੜਾ ਕੱਢ ਲੈਣੇ ਆ। ਅਹ ਇਸ ਤੋਂ ਬਾਅਦ ਆਪਾਂ ਕੜਾਈ ਵਿੱਚ ਜਿਹੜਾ ਇੱਕ ਚਮਚ ਪਾਇਆ ਹੈ ਤੇਲ ਅ ਜਿਹੜਾ ਵੀ ਕੁਕਿੰਗ ਆਇਲ ਤੁਸੀਂ ਯੂਜ਼ ਕਰਦੇ ਹੋ ਤੇ ਅੱਧਾ ਚਮਚ ਆਪਾਂ ਇਹਦੇ ਵਿੱਚ ਜੀਰਾ ਪਾ ਦਿੱਤਾ ਹੈ ਅ ਜੀਰੇ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਤੇਲ ਦੇ ਵਿੱਚ ਅ ਸਬਜੀ ਵਿੱਚ ਨਾ ਮੈਂ ਕੋਸ਼ਿਸ਼ ਕੀਤੀ ਉਹਨੂੰ ਘੱਟ ਤੋਂ ਘੱਟ ਤੇਲ ਵਿੱਚ ਬਣਾਉਣ ਦੀ ਤੇ ਇਹ ਜਿਹੜੇ ਆਪਾਂ ਪਿਆਜ਼ ਲਈ ਸੀ ਇਹਨਾਂ ਸਾਰਿਆਂ ਨੂੰ ਇੱਕ ਵਾਰੀ ਜਿਹੜਾ ਭੁੰਨ ਲਵਾਂਗੇ ਨਾਲ ਇਹ ਪਚਾਰ ਤੋਂ ਪੰਜ ਹਰੀਆਂ ਮਿਰਚਾਂ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਵਿੱਚੋਂ ਕੱਟ ਲਿਆ ਅੱਛਾ ਜਦੋਂ ਤੁਸੀਂ ਤੜਕਾ ਫਰਾਈ ਕਰਦੇ ਹੋ ਨਾ ਕਿਸੇ ਵੀ ਸਬਜ਼ੀ ਦਾ ਤੇ ਜੇ ਹਰੀਆਂ ਮਿਰਚਾਂ ਐਵੇਂ ਵਿੱਚ ਕੱਟ ਕੇ ਪਾਉਂਦੇ ਹੋ ਤਾਂ ਉਹ ਵੀ ਬਾਅਦ ਚ ਖਾਣ ਚ ਬਹੁਤ ਟੇਸਟੀ ਲੱਗਦੀਆਂ ਨੇ ਤਾਂ ਹੁਣ ਇਹ ਦੇਖੋ ਆਪਾਂ ਨੂੰ ਇਹ ਜਿਹੜਾ ਪਿਆਜ਼ ਵੀ ਹਲਕੇ ਜਿਹੀ ਗੁਲਾਬੀ ਹੋ ਚੁੱਕੇ ਨੇ ਥੋੜੇ ਭੁੱਜ ਚੁੱਕੇ ਐ ਵੀ ਤੇ ਹੁਣ ਆਪਾਂ ਇਹਦੇ ਵਿੱਚ ਜੜੀਆਂ ਪਿੰਡੀਆਂ ਪਾ ਦਾਂਗੇ ਤਾਂ ਪਿੰਡੀਆਂ ਨੂੰ ਆਪਾਂ ਪਹਿਲਾਂ ਹੀ ਜਿਹੜਾ ਚੰਗੀ ਤਰ੍ਹਾਂ ਇੱਕ ਵਾਰੀ ਫਰਾਈ ਕਰ ਲਿਆ ਸੀ ਤਾਂ ਹੁਣ ਇਹਨੂੰ ਪੱਕਣ ਵਿੱਚ ਜ਼ਿਆਦਾ ਟਾਈਮ ਨਹੀਂ ਲੱਗੇਗਾ ਪਿਆਜ਼ ਵੀ ਪੱਕ ਚੁੱਕੇ ਆ ਬਸ ਇਹਨਾਂ ਨੂੰ ਮਿਲਾ ਕੇ ਨਾ ਆਪਾਂ ਇੱਕ ਤੋਂ 2 ਮਿੰਟ ਵਾਸਤੇ ਜਿਹੜਾ ਹੋਰ ਪਕਾ ਲੈਣਾ ਚੈੱਕ ਕਰ ਲੈਣਾ ਤੁਸੀਂ ਪਿੰਡੀਆਂ ਜਿਹੜੀ ਕੱਚੀ ਨਹੀਂ ਰਹਿਣੀ ਚਾਹੀਦੀ ਤੇ ਦੇਖੋ ਪਿੰਡੀਆਂ ਨੂੰ ਆਪਾਂ ਜਿਹੜਾ 2 ਤੋਂ 3 ਮਿੰਟ ਵਾਸਤੇ ਹੋਰ ਪਕਾ ਲਿਆ ਤਾਂ ਪਿੰਡੀਆਂ ਜਿਹੜੀਆਂ ਬਿਲਕੁਲ ਚੰਗੀ ਤਰ੍ਹਾਂ ਪੱਕ ਚੁੱਕੀਆਂ ਨੇ ਦੇਖਣ ਤੋਂ ਹੀ ਪਤਾ ਚੱਲ ਰਿਹਾ ਇਹਨਾਂ ਨੂੰ ਤਾਂ ਇਹ ਲੋਜੀ ਆਪਣੀਆਂ ਜਿਹੜੀਆਂ ਦਹੀਂ ਵਾਲੀਆਂ ਪਿੰਡੀਆਂ ਨੇ ਬਣ ਕੇ ਬਿਲਕੁਲ ਤਿਆਰ ਨੇ ਜੇ ਤੁਸੀਂ ਕਦੀ ਇਹ ਵਾਲੀ ਰੈਸਪੀ ਟਰਾਈ ਨਹੀਂ ਕੀਤੀ ਤੇ ਇੱਕ ਵਾਰੀ ਦਹੀਂ ਵਾਲੀ ਪਿੰਡੀ ਬਣਾਇਓ ਜਰੂਰ ਖਾਣ ਚ ਬਹੁਤ ਟੇਸਟੀ ਬੰਦੀ ਹੈ ਰੋਟੀ ਨਾਲ ਤੁਸੀਂ ਇਹਨੂੰ ਖਾਓ ਪਰੌਂਠਿਆਂ ਨਾਲ ਬਹੁਤ ਟੇਸਟੀ ਲੱਗਦੀ ਹੈ ਤੇ ਇਹਨੂੰ ਆਪਾਂ ਕਰ ਦਿੱਤਾ ਹੈ ਸਰਵ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਇਹ ਰੈਸਪੀ ਕਿਵੇਂ ਲੱਗੀ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ